ਇਹ 1 2 ਜਾਂ 5 ਰੁਪਏ ਦੀ ਗੱਲ ਹੀ ਹੈ ਜਾਂ 5000 ਜਾਂ 5 ਲੱਖ ਦੀ ਗੱਲ ਹੀ ਹੈ ਇਹ 30000 ਕਰੋੜ ਦੀ ਗੱਲ ਹੈ ਮਨਮੂਨ ਸਿੰਘ ਦੀ ਸਰਕਾਰ ਚ ਇਹਨਾਂ ਰਾਫੇਲ ਦੇ ਸੌਦਾ ਹੋਇਆ ਸੀ 136 ਜਹਾਜ਼ਾਂ ਦਾ ਹਮਮ ਔਰ 69000 ਦਾ ਕਰੋੜ ਦਾ 98000 ਕਰੋੜ ਦਾ ਇਹ ਸੌਦਾ ਸੀ ਬਿਲਕੁਲ ਹਉਂਦੇ ਭਵਿਕ ਚ ਇਹੀ ਰਾਫੇਲ ਜਹਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੇੜ ਚ ਪਹੁੰਚਾ ਸਕਦਾ ਜੇ ਅਸੀਂ ਭਾਰਤ ਦੀ ਹੀ ਗੱਲ ਕਰੀਏ ਭਾਰਤ ਦੇ ਵਿੱਚ ਰਾਫੇਲ ਦੀ ਚਰਚਾ ਪਿਛਲੇ ਦਿਨੀ ਬਹੁਤ ਹੋਈ ਸੀ ਅਸੀਂ ਵੀ ਉਸ ਦੇ ਬਾਰੇ ਗੱਲ ਕੀਤੀ ਸੀ ਕਿ ਰਾਫੇਲ ਆ ਗਿਆ ਰਾਫੇਲ ਆ ਗਿਆ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਸਾਡੇ ਪ੍ਰਧਾਨ ਮੰਤਰੀ ਨੇ ਟੀਵੀ ਦੇ ਉੱਤੇ ਆ ਕੇ ਸੰਬੋਧਨ ਕੀਤਾ ਕਿ ਰਾਫੇਲ ਆ ਗਿਆ ਸਾਡੀ ਮਿਲਟਰੀ ਤਾਕਤਵਰ ਹੋ ਗਈ ਹੈ ਪਰ ਹੁਣ ਜਿਹੜੀ ਨਵੀਂ ਖਬਰ ਆ ਰਹੀ ਹੈ ਸੀਏਜੀ ਨੇ ਰਾਫੇਲ ਦੇ ਮਾਮਲੇ ਦੇ ਵਿੱਚ ਜਿਹੜਾ ਡਰਾਪ ਲਿਆ ਉਹਦੇ ਬਾਰੇ ਕੀ ਪੂਰੀ ਤਫਸੀਲ ਹੈ ਰਾਫੇਲ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਭਾਰਤ ਦੀ ਸਿਆਸਤ ਦੇ ਵਿੱਚ ਹੈ ਹਾਲਾਂਕਿ ਇਸ ਵੇਲੇ ਉਹਦੇ ਤੇ ਗਰਦ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਸੀਂ ਯਾਦ ਰੱਖਿਓ ਅਰਸ਼ ਜੀ ਇਹ ਹੀ ਰਾਫੇਲ ਜਹਾਜ਼ ਹੈ ਹਮ ਇਹ ਬੋਫਰਸ ਤੇ ਜਿਵੇਂ ਕਪੜੇ ਦੀ ਗੱਲ ਸਾਹਮਣੇ ਆਈ ਸੀ ਜੀ ਬੋਫਰਸ ਅੱਜ ਤੱਕ ਚਰਚਾ ਹੁੰਦਾ ਹੈ ਹਮ ਆਉਂਦੇ ਭਵਿੱਖ 'ਚ ਇਹੀ ਰਾਫੇਲ ਜਹਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੇਲ੍ਹ ਤੋਂ ਬਚਾ ਸਕਦਾ ਹੈ ਹਮ ਇਹ ਤੁਸੀਂ ਮੇਰੀ ਗੱਲ ਅੱਜ ਮੈਂ ਇੱਥੇ ਬੈਠਾ ਯਾਦ ਰੱਖਿਓ ਉਹਦਾ ਕਾਰਨ ਹੈ ਉਹ ਜੋ ਸਵਾਲ ਬੜੇ ਖੜੇ ਹੁੰਦੇ ਆ ਰਾਫੇਲ ਜਦੋਂ ਡਿਫੈਂਸ ਮਿਨਿਸਟਰੀ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਡਿਵਾਈਸ ਜਾਂ ਕੋਈ ਫਲਾਈਂਗ ਮਸ਼ੀਨ ਕੋਈ ਖਰੀਦੀਆ ਤਾਂ ਇਹ ਡਿਫੈਂਸ ਮਿਨਿਸਟਰੀ ਦਾ ਰੋਲ ਹੁੰਦਾ ਜੀ ਨੇ ਇਹਦੇ ਵਿੱਚ ਸਾਰਾ ਕੁਝ ਕਰਨਾ ਹੁੰਦਾ ਉਹਦੇ ਪ੍ਰਿਕਰ ਸਾਹਿਬ ਸਾਡੇ ਡਿਫੈਂਸ ਮਿਨਿਸਟਰ ਸੀ ਜਿਹੜੇ ਅੱਜ ਕੱਲ੍ਹ ਹੈ ਨਹੀਂ ਵਿਚਾਰੇ ਕੜਾਈ ਕਰ ਗਏ ਜੀ ਹੁਣ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਚ ਇਹਨਾਂ ਰਾਫੇਲ ਦੇ ਸੌਦਾ ਹੋਇਆ ਸੀ 136 ਜਹਾਜਾਂ ਦਾ ਹਮ ਔਰ ਉਹਨਾਂ 86000 ਦਾ ਕਰੋੜ ਦਾ 9000 ਕਰੋੜ ਦਾ ਇਹ ਸੌਦਾ ਸੀ 136 ਜਹਾਜ਼ ਆਉਣੇ ਸੀ 500 ਕੁਸ ਕਰੋੜ ਦਾ ਇੱਕ ਜਹਾਜ਼ ਪਰ ਉਹਦੇ ਹਿਸਾਬ ਨਾਲੇ ਤਿਆਰ ਹੋਣਾ ਸੀ ਫਿਰ ਸਰਕਾਰ ਬਦਲ ਗਈ ਫਿਰ ਅਖਬਾਰ ਵੀ ਬਦਲ ਗਈ ਜੀ ਫਿਰ ਉਹ ਸਾਰਾ ਕੁਝ ਮਤਲਬ ਉਹ ਇੱਕ ਕੈਨਵਸ ਵੱਡਾ ਹੋਣ ਲੱਗ ਗਿਆ ਇੱਕ ਬਹੁਤ ਵੱਡੀ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਲੋਕਾਂ ਨੇ ਬੋਲਣਾ ਚੁੱਪ ਕਰਤਾ ਫਿਰ ਚੁੱਪ ਦੇ ਵਿੱਚ ਸਰਕਾਰ ਨੇ ਉਸ ਓਪਚੁਨਿਟੀ ਦਾ ਫਾਇਦਾ ਲਿਆ ਕਥਿਤ ਰੂਪ ਦੇ ਵਿੱਚ ਕਹਿੰਦੇ ਆ ਜੀ ਹੁਣ ਉਹ ਸਾਰੀ ਘਟਨਾਕ੍ਰਮ ਦੀ ਜਦ ਉਹੀ ਰਾਫੇਲ ਅੱਕੇ ਨਾਲ ਉਸਾਈ ਜੀ ਵੀ ਘਟ ਜਾਂਦਾ ਉਹੀ ਰਾਫੇਲ ਫਿਰ 5.5 ਸੌ ਕਰੋੜ ਤੋਂ 1.16 1600 ਕਰੋੜ ਦਾ ਹੋ ਜਾਂਦਾ ਹ ਹ ਜੀ ਉਸ ਮਾਮਲੇ ਦੇ ਵਿੱਚ ਜਵਾਬ ਕਿਸੇ ਕੋਲ ਹੈ ਨਹੀਂ ਲੋਕ ਜਾਨਣਾ ਚਾਹੁੰਦੇ ਆ ਇਹ ਤਾਂ ਕੁਸ਼ਕ ਚੀਜ਼ਾਂ ਨੇ ਜਿਹੜੀਆਂ ਆਪਣੇ ਗਰੁੱਪ ਕ੍ਰੀਏਟ ਕੀਤੇ ਹੋਏ ਆ ਜੀ ਜਿਹੜੇ ਸਿਰਫ ਸਿਰਫ ਉਹ ਹੋਰ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਅਸਲ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਭਾਰਤ ਨੂੰ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਨਿਵਾਸੀ ਉਹ ਜਾਣਨਾ ਚਾਹੁੰਦੇ ਨੇ ਕਿ 526 ਕਰੋੜ ਦਾ ਵਿਹਾਰ 1600 ਕਰੋੜ ਦਾ ਕਿਵੇਂ ਹੋ ਗਿਆ ਜੀ ਬਿਲਕੁਲ ਹੁਣ ਉਸ ਮਾਮਲੇ 'ਚ ਜਿਹੜੀ ਉਥੋਂ ਦੀ ਡਿਸਾਲਟ ਕੰਪਨੀ ਤੋਂ ਇਹ ਖਰੀਦਿਆ ਗਿਆ ਹੂੰ ਉਹ ਉਸ ਵੇਲੇ ਦੇ ਉੱਥੇ ਪ੍ਰੈਜ਼ੀਡੈਂਟ ਸੀਗੇ ਫਰਾਂਸਕੋ ਕੋਲਾਂਡੇ ਜੀ ਜਦੋਂ ਜਰਨਲਿਸਟਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਜਿਹੜੀ ਭਾਰਤ ਦੇ ਵਿੱਚ ਐਚ ਏ ਐਲ ਹੈ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਜਿਹੜੀ ਕੰਪਨੀ ਆ ਹੂੰ ਇਹ 1940 ਚੂਲੀ ਦੇ ਵਿੱਚ ਬਣੀ ਸੀ ਉਸ ਵੇਲੇ ਇਸ ਦਾ ਨਾਮ ਹਿੰਦੁਸਤਾਨ 에ਅਰਕ੍ਰਾਫਟ ਹੁੰਦਾ ਸੀ ਓਕੇ ਤਾਂ ਇਹ ਭਾਰਤ ਦੇ ਵਿੱਚ ਕੋਈ ਵੀ ਸਾਡਾ 에ਅਰਕ੍ਰਾਫਟ ਹੈ ਉਸ ਤੇ ਇਨਸਟਰੂਮੈਂਟ ਪੈਬ ਡਾਉਣੇ ਜਾਂ ਉਹਨਾਂ ਨੂੰ ਅਸੈਂਬਲ ਕਰਨਾ ਇਸ ਕੰਪਨੀ ਦੇ ਕੋਲ ਸੀ ਸਭ ਤੋਂ ਜ਼ਿਆਦਾ ਭਾਰਤ ਦੀ ਭਰੋਸੇਮੰਦ ਤੇ ਪੁਰਾਣੀ ਕੰਪਨੀਆਂ 28000 ਦੇ ਕਰੀਬ ਬੰਦਾ ਕੰਮ ਕਰਦਾ ਇਸ ਦੇ ਵਿੱਚ ਜੀ ਹਾਂ ਔਰ ਇਸ ਤੋਂ ਇਲਾਵਾ ਇਸ ਦੇ ਵਿੱਚ 58 54 55000 ਕਰੋੜ ਦੀ ਕੰਪਨੀ ਦਾ ਵਰਥ ਹੈ ਸਰਕਾਰ ਦੀ ਦਾ ਜੀ ਹੁਣ ਜਦੋਂ ਇਹ ਰਫੇਲ ਜਹਾਜ਼ ਖਰੀਦੇ ਗਏ ਇਸ ਕੰਪਨੀ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਹਮ ਇਗਨੋਰ ਕਿਉਂ ਕੀਤਾ ਕਿਸੇ ਕੋਲ ਜਵਾਬ ਨਹੀਂ ਬਿਲਕੁਲ ਹੌਲਾਂਡੇ ਸਾਹਿਬ ਕਹਿੰਦੇ ਵੀ ਦਿੱਤਾ ਕਿਨੂੰ ਗਿਆ ਸਭ ਤੋਂ ਵੱਡੀ ਗੱਲ ਇਹ ਹੈ ਦਿੱਤਾ ਗਿਆ ਰਾਇਲੈਂਸ ਡਿਫੈਂਸ ਦੇ ਨਾਂ ਤੇ ਇੱਕ ਕੰਪਨੀ ਜਿਹੜੀ ਕੁਝ ਦਿਨ ਪਹਿਲਾਂ ਹਮਬਾਨੀ ਦਾ ਛੋਟਾ ਭਰਾ ਅਨਿਲ ਬਾਨੀ ਪੜਾਉਂਦਾ ਬਿਲਕੁਲ ਉਸ ਦੀ ਇਹ ਕੰਪਨੀ ਨੂੰ ਦਿੱਤਾ ਗਿਆ ਔਰ ਅਨਿਲਾ ਬਾਨੀ ਦੇ ਰਿਸਪੈਕਟ ਇੰਨੀ ਕਿ ਹੈ ਕਿ ਉਸ ਦੀਆਂ ਦੋ ਕੰਪਨੀਆਂ ਦੇ ਹੁਣ ਨਿਕਲਣ ਵਾਲਾ ਦਿਵਾਲਾ ਨਿਕਲਣ ਵਾਲਾ 6000 ਕਰੋੜ ਦਾ ਰੁਪਇਆ ਉਦੋਂ ਦਾ ਹੋਰੰਧਾਰ ਲੋਕਾਂ ਦਾ ਦੇਣਾ ਸੀ ਹੁਣ ਕੀ ਕਾਰਨ ਹੋਇਆ ਇਸ ਕਰਕੇ ਬੜਾ ਵੱਡਾ ਸਵਾਲ ਸੀ ਕਿ ਅਨਿਲਮਬਾਨੀ ਨੂੰ ਇਹ ਕਿਸ ਤਰੀਕੇ ਨਾਲ ਉਹ ਐਡਾ ਵੱਡਾ ਜਿਗਾੜ ਸੁਮਾਦਤਾ ਗਿਆ ਜੀ ਹੁਣ ਉਸ ਮਾਮਲੇ 'ਚ ਹੁਲਾਨਦੇ ਸਾਹਿਬ ਉਸ ਵੇਲੇ ਕਹਿੰਦੇ ਹਮ ਕੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਭਾਰਤ ਸਰਕਾਰ ਨੇ ਰਿਕਮੈਂਡ ਕੀਤਾ ਸੀ ਕਿ ਇਸ ਨੂੰ ਦੇਣਾ ਹੈ ਹਮ ਰਿਕਮੈਂਡ ਵੀ ਇਸ ਕਰਕੇ ਕੀਤਾ ਸੀ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਫਰਾਂਸ ਦੇ ਦੌਰੇ ਤੇ ਗਏ ਐ ਜੀ ਤਾਂ ਰਿਕਮੈਂਡੇਸ਼ਨ ਉਹਨਾਂ ਦੀ ਮੰਨੀ ਜਾ ਰਹੀ ਹੈ ਹੁਣ ਉਸ ਪਾਸੇ ਦੂਸਰੇ ਪਾਸੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੱਚ ਕਰਕੇ ਜਿਸ ਤਰੀਕੇ ਨਾਲ ਇਸ ਦੇ ਵਿੱਚ ਐਡਾ ਵੱਡਾ ਜਿਹੜਾ 30000 ਕਰੋੜ ਦਾ ਤਕਰੀਬਨ ਇਹ ਕਪੜੇ ਦਾ ਦੋਸ਼ ਲੱਗ ਰਿਹਾ ਹੈ ਔਰ ਉਸ ਮਾਮਲੇ 'ਚ ਸੁਪਰੀਮ ਕੋਰਟ ਤੱਕ ਇਸ ਦੀ ਜਾਂਚ ਪਹੁੰਚੀ ਗਈ ਜੀ ਫਿਰ ਜਿਹੜੇ ਅੱਜਕੱਲ ਸਾਡੇ ਦੇਸ਼ ਦੇ ਰਾਸੋ ਮੈਂਬਰ ਬਣਾਏ ਗਏ ਰੰਜਨ ਗੰਗੋਈ ਸਾਹਿਬ ਉਹਨਾਂ ਨੇ ਇਸ ਨੂੰ ਬੜੀ ਇੱਕ ਸ਼ੱਕੀ ਜੀ ਨਿਗਾਹ ਦੇ ਨਾਲ ਇਸ ਕੇਸ 'ਚ ਸਰਕਾਰ ਨੂੰ ਭਰੀ ਕਰਤਾ ਜੀ ਉਸ ਦੀ ਚਰਚਾ ਹੁਣ ਤੱਕ ਚੱਲ ਰਹੀ ਹੈ ਦੇਸ਼ ਦੇ ਲੋਕ ਸਵਾਲ ਜਾਨਣਾ ਚਾਹੁੰਦੇ ਆ ਪਰ ਹਾਲਾਤ ਇਦਾਂ ਦੇ ਬਣੇ ਹੋਇਆ ਉਹ ਵਿਚਾਰਿਆਂ ਨੂੰ ਕੋਈ ਸਵਾਲ ਦਾ ਜਵਾਬ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਦਾ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੋਈ ਜਵਾਬ ਉਹਨੂੰ ਦੇਣ ਨੂੰ ਤਿਆਰ ਨਹੀਂ ਜਿਵੇਂ ਕੋਈ ਗੱਲ ਕਰਦੇ ਆ ਤਾਂ ਹਲੀ-ਅਲੀ ਕਰਕੇ ਉਹਨਾਂ ਦੇ ਪਿੱਛੇ ਜਿਹੜੀਆਂ ਸੈਨਾਵਾਵਾਂ ਬਣਾਈਆਂ ਹੋਈਆਂ ਨੇ ਉਹ ਗਲਪਾ ਅੰਤੇ ਜਾਂਦੀਆਂ ਰਹਿੰਦੀਆਂ ਹੂੰ ਹੂੰ ਉਸ ਤੋਂ ਇਲਾਵਾ ਫਿਰ ਹੁਣ ਆਡਿਟ ਰਿਪੋਰਟ ਹੁੰਦੀ ਹੈ ਕੈਗ ਦੀ ਜੀ ਜਿਹਨੇ ਐਡਿਟ ਕਰਨਾ ਹੁੰਦਾ ਫਾਈਨਾਂਸ ਦਾ ਕਰਨੇ ਹੁੰਦੇ ਆ 18 ਤਾਂ ਮਾਮਲੇ ਉਹਨਾਂ ਨੇ ਚੱਕ ਲਿਆ ਜਿਨ੍ਹਾਂ ਦੇ ਵਿੱਚ ਉਹਨੋਂ ਦਾ ਆਡੀਟਰ ਹੋ ਕਰਨਗੇ ਪਰ ਜਿਹੜੀ ਰਾਫੇਲ ਦਾ ਮਾਮਲਾ ਹੈ ਇਹਨੂੰ ਡ੍ਰੌਪ ਕਰ ਦਿੱਤਾ ਗਿਆ ਜੀ ਇਹ ਫੇਸ ਵਾਲ ਖੜੇ ਕਰਦਾ ਕਿ ਕੀ ਕਾਰਨ ਹੋਇਆ ਇਹਨੂੰ ਆਡਿਟ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ ਗੱਲ ਇਹ ਕਹੀ ਜਾ ਰਹੀ ਹੈ ਡਿਫੈਂਸ ਮਿਸਟਰੀ ਤੇ ਸੋਰਸਸ ਦੱਸਦੇ ਆ ਕਿ ਜਿਹੜੀ ਫਰਾਂਸ ਦੀ ਕੰਪਨੀ ਹੈ ਡਿਸਾਲਟ ਵੀ ਉਸ ਦੇ ਮੁਤਾਬਕ ਹੀ 3 ਸਾਲ ਦਾ ਹੈ ਕੰਟਰੈਕਟ ਹੈ 3 ਸਾਲ ਤੱਕ ਅਸੀਂ ਕੋਈ ਵੀ ਇਹਦਾ ਜਵਾਬ ਨਹੀਂ ਦੇਣਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਸ਼ੰਕੇ ਦੇ ਸਵਾਲ ਖੜੇ ਕਰਦੇ ਆ ਇਹ 1 2 ਜਾਂ 5 ਰੁਪਏ ਦੀ ਗੱਲ ਹੀ ਹੈ ਜਾਂ 5000 ਜਾਂ 5 ਲੱਖ ਦੀ ਗੱਲ ਹੀ ਹੈ ਇਹ 30000 ਕਰੋੜ ਦੀ ਗੱਲ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਉਂਦੇ ਸਮੇਂ ਚ ਭਾਰਤ ਦੀ ਸਿਆਸਤ ਦੇ ਜੇ ਲੋਕਤੰਤਰ ਬਚਿਆ ਰਿਹਾ ਤਾਂ ਤਾਂ ਇਹ ਉਹ ਤੋਂ ਵੱਡੇ ਮਸਲੇ ਪੜਨਗੇ ਤੁਸੀਂ ਯਾਦ ਰੱਖਣਾ ਜੀ ਬਿਲਕੁਲ 3 ਸਾਲ ਨੂੰ ਤਾਂ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਆ ਉਦੋਂ ਤੱਕ ਲੋਕਾਂ ਨੇ ਭੁੱਲੇ ਜਾਣਾ ਜਾਂ ਜਾਂ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਯਾਦ ਰੱਖਣਾ ਉਹ 3 ਸਾਲ ਬਾਅਦ ਵੀ ਯਾਦ ਰੱਖਣਗੇ ਕਿ ਅੰਬਾਨੀ ਅਨਿਲ ਅੰਬਾਨੀ ਦੀ ਜੋ ਕੰਪਨੀਆਂ ਨੇ ਜੋ ਬੈਂਕਰਪਸੀ ਦਾ ਮੁਕੱਦਮਾ ਹੈਗਾ ਆ ਉਹ ਹੋਇਆ ਹੈਗਾ ਹੁਣ ਉਹ ਕੀ ਪੂਰਾ ਮਾਮਲਾ ਹੈ ਅਸਲ 'ਚ ਜਿਵੇਂ ਅਪ ਪਹਿਲਾਂ ਪਾਕਿਸਤਾਨ ਦੀ ਗੱਲ ਕਰ ਲਈ ਹੈ ਕਿ ਉਹ ਆਪਣਾ ਸਟੇਟਸ ਗਵਾ ਚੁੱਕੇ ਨੇ ਜੀ ਇਸੇ ਤਰੀਕੇ ਦੇ ਨਾਲ ਭਾਰਤ ਦੇ ਤਨਾ ਸੇਟਸ ਨੇ ਜਿਹੜੇ ਮੂਰਲੇ ਮੂਰਲੇ ਬੱਡੀ ਗਿਣਤੀ ਦੇ ਵਿੱਚ ਉਹਨਾਂ ਚੋ ਅਨਿਲ ਅੰਬਾਨੀ ਦਾ ਵੀ ਕਿਰਦਾਰ ਉਸੇ ਤਰੀਕੇ ਦਾ ਬਣਦਾ ਜਾਂਦਾ ਹੂੰ ਹੂੰ ਕੁਝ ਲੋਕ ਕਹਿੰਦੇ ਹੁੰਦੇ ਆ ਕਿ ਜੇਕਰ ਤੁਹਾਡੀ ਸੇਤ ਚਲੀ ਜਾਵੇ ਸੇਤ ਵਾਪਸ ਆ ਜਾਂਦੀ ਹੈ ਇੱਕ ਆਰਾਮ ਕਰਨ ਦੇ ਨਾਲ ਜੇ ਤੁਹਾਡਾ ਪੈਸਾ ਚਲਾ ਜਾਵੇ ਮਿਹਨਤ ਕਰਕੇ ਉਹ ਵੀ ਵਾਪਸ ਆ ਜਾਂਦਾ ਪਰ ਜੇ ਤੁਹਾਡੀ ਇੱਜ਼ਤ ਚਲੀ ਜਾਵੇ ਉਹ ਫਿਰ ਛੇਤੀ ਛੇਤੀ ਵਾਪਸ ਨਹੀਂ ਆਉਂਦੀ ਜੀ ਬਿਲਕੁਲ ਹੁਣ ਅਨਿਲ ਅੰਬਾਨੀ ਧੀਰੂਬਾਈ ਮੰਨੀ ਦਾ ਛੋਟਾ ਮੁੰਡਾ ਹਾਲਾਂਕਿ ਇਹ ਗੱਲ ਦਾ ਬੜਾ ਇੱਕ ਵੱਡਾ ਭਰਮ ਜਾਲ ਆ ਕਿ ਜਿਹੜਾ ਦੀਰੂ ਬਈ ਅੰਬਾਨੀ ਕਿਸੇ ਵੇਲੇ ਦੁਬਈ ਚ ਗੈਸ ਸਟੇਸ਼ਨ ਤੇ ਤੇਲ ਵੇਚਿਆ ਕਰ ਪੰਪ ਆਇਆ ਕਰਦਾ ਸੀ ਜੀ ਉਹਨਾਂ ਦਾ ਸਾਲਾਂ ਚ ਈ ਐਡਾ ਵੱਡਾ ਕਾਰੋਬਾਰ ਸਮਰਾਜ ਕਿਵੇਂ ਖੜਾ ਹੋ ਗਿਆ ਉਹ ਤਾਂ ਹੈਗਾ ਇੱਕ ਸੈਪਰੇਟ ਇਸ਼ੂ ਹੂੰ ਉਸੇ ਕਰਕੇ ਦੂਸਰਾ ਇਹਦਾ ਵੱਡਾ ਭਾਈ ਜਿਹੜਾ ਮੁਕੇਸ਼ ਅੰਬਾਨੀ ਹੈ ਜੀ ਉਹ ਦੁਨੀਆ ਦੇ ਮੂਹਲੇ ਚਾਰ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚ ਸ਼ਾਮਲ ਹੋ ਗਿਆ ਬਿਲਕੁਲ ਉਹ ਵੀ ਇੱਕ ਅਲੱਗ ਗੱਲ ਹੈ ਹੂੰ ਹੂੰ ਗੱਲ ਇਹ ਹੈ ਕਿ ਜਿਹੜਾ ਅਨਿਲਾ ਅੰਬਾਨੀ ਹੈ ਭਾਰਤ ਸਰਕਾਰ ਰਾਫੇਲ ਦੇ ਮਾਮਲੇ ਚ ਸਾਰੇ ਕਾਨੂੰਨਾਂ ਨੂੰ ਛਿੱਕੇ ਤੇ ਟੰਕੇ ਉਹਦੀ ਕੰਪਨੀ ਜਿਹਦਾ ਐਕਸਪੀਰੀਅੰਸ ਇੱਕ ਦਿਨ ਦਾ ਨਹੀਂ ਬਿਲਕੁਲ ਹਮ ਔਰ ਕੰਪਨੀ ਬਣੀ ਨੂੰ ਵੀ ਜੇ ਹੱਤਾ ਨਹੀਂ ਹੋਇਆ ਜੀ ਉਹਨੂੰ ਐਡਾ ਵੱਡਾ ਕੰਮ ਦੇ ਸਕਦੀ ਹੈ ਸੋ ਉਸ ਤੋਂ ਬਾਅਦ ਚ ਸਵਾਲ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੀ ਇੱਕ ਇੱਕ ਕਰਕੇ ਕੰਪਨੀ ਤਵਸਤੋਂ ਦੀ ਜਾ ਰਹੀ ਹੈ ਔਰ ਸੂਤਰਤਾ ਵੀ ਦੱਸਦੇ ਆ ਕਿ ਉਹਨੂੰ ਬਚਾਉਣ ਵਾਸਤੇ ਭਾਵੇਂ ਕੀ ਦੋਵਾਂ ਭਰਾਵਾਂ ਦਾ ਆਪਸ ਰੌਲਾ ਵੀ ਪੈ ਗਿਆ ਸੀ ਹਮ ਫਿਰ ਮੁਕੇਸ਼ ਅੰਬਾਨੀ ਨੇ ਉਹਨੂੰ ਬਾਈ 23000 ਕਰੋੜ ਵੀ ਬਰਥਡੇ ਦੇ ਗਿਫਟ ਦੇ ਤੌਰ ਤੇ ਦਿੱਤਾ ਜੀ ਬਿਲਕੁਲ ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿਚਾਰਸ਼ੀ ਹੁਣ ਨਵੀਂ ਜਿਹੜੀ ਗੱਲ ਆਈ ਹੈ ਉਹ ਆਈ ਹੈ ਜੀ ਰिलायंस ਇਨਫੋਟਲ ਰिलायंस ਕਮਿਊਨੀਕੇਸ਼ਨ ਲਿਮਟਿਡ ਜਿਹੜੀਆਂ ਦੋ ਕੰਪਨੀ ਸੀ ਇਹਨਾਂ ਵਾਸਤੇ ਸਟੇਟ ਬੈਂਕ ਆਫ ਇੰਡੀਆ ਤੋਂ 160 ਬਿਲੀਅਨ ਦਾ ਜਿਹੜਾ ਖਰਚਾ 2016 ਚ ਨਿਲ ਅੰਬਾਨੀ ਜੀ ਦੀ ਕੰਪਨੀ ਨੇ ਲਿਆ 16 ਚ ਜਾਂ 12 ਚ ਮੈਂ ਲिटल ਜੈ ਦੇ ਚ ਕੰਫਿਊਜ਼ ਹਾਂ ਇਸ ਕੰਪਨੀਆ ਨੂੰ ਫਿਰ ਕਿਹਾ ਗਿਆ ਕਿ ਹਾਂਜੀ ਇਸ ਨੂੰ ਮੋੜ ਦਿੱਤਾ ਜਾਊਗਾ ਮੋੜਨ ਦੀ ਬਜਾਏ ਫਿਰ ਟਾਲਮਟਾਲ ਕੀਤਾ ਗਿਆ ਜੀ ਆਖਰ ਵਿੱਚ ਪੋਜੀਸ਼ਨ ਹੁਣ ਇਹ ਆ ਗਈ ਹੈ ਕਿ ਉਹ ਜਿਹੜਾ ਬੰਦਾ ਪੈਸੇ ਵਾਪਸ ਨਹੀਂ ਕਰ ਰਿਹਾ ਤੇ ਜਿਹੜੀ ਸਾਡੇ ਹੈਗੀ ਐ ਐਨਸੀਐਲਟੀ ਜਿਹੜੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਸਾਡਾ ਬਣਿਆ ਹੋਇਆ ਹੈ ਇਹਨਾਂ ਦੇ ਖਿਲਾਫ ਦੁਬਾਲੀਆ ਦਾ ਕੇਸ ਚਲਾਉਣ ਜਾ ਰਹੀ ਹੈ ਹੂੰ ਉਸ ਦੀ ਇਜਾਜ਼ਤਾਂ ਨੂੰ ਮਿਲ ਗਈ ਹੈ ਜੀ ਹੁਣ ਇੱਕ ਪਾਸੇ ਤਾਂ ਦੇਖੋ ਕੰਬੀਨੇਸ਼ਨ ਕਿਹਦਾ ਬੜਨਾ ਇੱਕ ਪਾਸੇ ਤਾਂ ਦਿਵਾਲੀਏ ਦੀ ਉਹਨਾਂ ਤੇ ਕੇਸ ਚੱਲੂਗਾ ਦੂਜੇ ਪਾਸੇ ਉਹ ਬਹੁਤ ਵੱਡਾ ਰਫੇਲ ਦੀ ਜਿਹੜੀ ਕੰਪਨੀ ਹੈ ਜਿਹੜਾ 30000 ਕਰੋੜ ਦਾ ਪ੍ਰੋਜੈਕਟ ਹੈ ਉਹ ਅਨੈਲ ਅਮਾਨੀ ਦੇ ਉਹਨੂੰ ਦਿੱਤਾ ਹੋਇਆ ਸੋ ਇਹ ਦੋ ਚੀਜ਼ਾਂ ਇਸ ਕਰਕੇ ਜੁੜਦੀਆਂ ਨੇ ਕਿ ਪੋਲੀਟੀਕਲ ਤੁਹਾਡੇ ਜਿਹੜੇ ਕਨੈਕਸ਼ਨ ਨੇ ਜਾਂ ਪੋਲੀਟੀਕਲ ਮਾਈ ਬਾਪ ਥੋੜੇ ਥੋੜੇ ਜਿਹੜੇ ਪਾਵਰ 'ਚ ਬੈਠੇ ਆ ਉਹ ਤੁਹਾਨੂੰ ਕਿਸ ਤਰੀਕੇ ਨਾਲ ਚੱਕਣ ਦੀ ਕੋਸ਼ਿਸ਼ ਕਰਦੇ ਆ ਚਾਹੇ ਤੁਹਾਡੇ ਹੱਲੇ ਬੱਲੇ ਕੁਛ ਨਹੀਂ ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਅਨੈਲ ਅਮਾਨੀ ਦੀ ਜਿਹੜੀ ਕੰਪਨੀ ਹੈ ਜਾਂ ਜਿਸ ਤਰੀਕੇ ਨਾਲ ਇਹ ਕੰਪਨੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਇਸ ਦੇ ਨਾਲ ਬਹੁਤ ਵੱਡੇ ਸਵਾਲੀਆ ਨਿਸ਼ਾਨ ਆਉਂਦੇ ਭਵਿੱਖ 'ਚ ਸਾਡੀਆਂ ਸਰਕਾਰਾਂ ਤੇ ਔਰ ਸਾਡੀ ਜਿਹੜੀ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੇ ਉਹਨਾਂ ਤੇ ਉਖੜੇ ਲਾਜ਼ਮੀ ਨੇ